ਸਤਨਾਮ ਸ਼੍ਰੀ ਵਾਹਿਗੁਰੂ ਸਾ ਸੰਗਤ ਜੀਓ 2 ਅਗਸਤ 2023 ਨੂੰ ਸ਼੍ਰੀ ਦਰਬਾਰ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮਾ ਸਾਹਿਬ ਦੇ ਅਰਥ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਜੇ ਮਨੁੱਖ ਸਤਗੁਰੂ ਦੇ ਸੰਮੁਖ ਹੈ ਉਸ ਦੇ ਅੰਦਰ ਠੰਡ ਹੈ ਤੇ ਉਹ ਮਨੋ ਤਨੋ ਨਾਮ ਵਿੱਚ ਲੀਨ ਰਹਿੰਦੀ ਹੈ ਉਹ ਨਾਮ ਹੀ ਚਿਤਾਰਦਾ ਹੈ ਨਾਮ ਹੀ ਪਰਦਾ ਹੈ ਤੇ ਨਾਮ ਵਿੱਚ ਹੀ ਬਿਰਤੀ ਜੋੜੀ ਰੱਖਦਾ ਹੈ ਨਾਮ ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ਜੇ ਗੁਰੂ ਮਿਲ ਪਏ ਤਾਂ ਨਾਮ ਮੁੰਗਰਦਾ ਹੈ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਭੁੱਖ ਸਾਰੀ ਦੂਰ ਹੋ ਜਾਂਦੀ ਹੈ اے ਨਾਨਕ ਜੀ ਨਾਮ ਵਿੱਚ ਰੰਗੇ ਜਾਣ ਕਰਕੇ ਨਾਮ ਹੀ ਪੱਲੇ ਵਿੱਚ ਓਕਰਿਆ ਜਾਂਦਾ ਹੈ ਜੋ ਮਨੁੱਖ ਗੁਰੂ ਪਰਮੇਸ਼ਰ ਵੱਲੋਂ ਮਾਰਿਆ ਹੋਇਆ ਹੈ ਉਹ ਭਰਮ ਵਿੱਚ ਭਟਕਦਾ ਹੋਇਆ ਆਪਣੇ ਟਿਕਾਣੇ ਤੋਂ ਏਲੀ ਜਾਂਦਾ ਹੈ ਉਸ ਦੇ ਪਿੱਛੇ ਲੋਕ ਫਕੜੀ ਵਜਾਂਦੇ ਹਨ ਤੇ ਅੱਗੇ ਮੁਕਾਲਾ ਘਟਦਾ ਹੈ ਉਸ ਦੇ ਮੋਹ ਨੀਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰਕੇ ਹੀ ਦੁਖੀ ਹੁੰਦਾ ਰਹਿੰਦਾ ਹੈ ਕਿਸੇ ਦੇ ਵੀ ਕਿਤਿਆ ਕੁਝ ਨਹੀਂ ਹੋ ਸਕਦਾ ਕਿਉਂਕਿ ਮੁੱਢ ਤੋਂ ਇਹੋ ਜਹੀ ਕਮਾਈ ਕਰਨੀ ਪਈ ਹੈ ਉਹ ਜਿੱਥੇ ਜਾਂਦਾ ਹੈ ਉੱਥੇ ਹੀ ਝੂਠਾ ਹੁੰਦਾ ਹੈ ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ। हे ਸੰਤ ਜਨੋ ਪਿਆਰੇ ਮਾਲਕ ਪ੍ਰਭੂ ਦੀ ਵਿਡਿਆਈ ਵੇਖੋ ਕਿ ਕਿਹੋ ਜਿਹੀ ਕੋਈ ਕਮਾਈ ਕਰਦਾ ਹੈ ਉਹ ਜਿਹਾਂ ਉਸ ਨੂੰ ਫਲ ਮਿਲਦਾ ਹੈ। ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿੱਚ ਹੀ ਹੁੰਦੀ ਹੈ। ਦਾਸ ਨਾਨਕ ਪਹਿਲਾ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ। ਸੱਚੇ ਸਤਗੁਰੂ ਨੇ ਪਿੰਡ ਵਸਾਇਆ ਹੈ। ਰਾਖੇ ਵੀ ਸਤਗੁਰੂ ਨੇ ਹੀ ਦਿੱਤੇ ਹਨ ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿੱਚ ਜੁੜੇ ਹਨ ਉਹਨਾਂ ਦੀ ਆਸ ਪੂਰਨ ਹੋ ਗਈ ਹੈ ਦਿਆਲ ਤੇ ਬਿਆੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ਼ ਕਰ ਦਿੱਤੇ ਹਨ ਆਪਣੀ ਮਿਹਰ ਕਰਕੇ ਸਤ ਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ ਏ ਨਾਨਕ ਜੀ ਮੈਂ ਸਦਾ ਉਸ ਸਤ ਗੁਰੂ ਤੋਂ ਸਦਕੇ ਹਾਂ ਜਿਸ ਵਿੱਚ ਇਤਨੇ ਗੁਣ ਹਨ ਬੋਲੋ ਸਤਨਾਮ ਸ਼ਰੀ ਬਾਹ ਗੁਰੂ